ਗੁਰਦਾਸਪੁਰ ਦੀ ਸੀਟ ਨੂੰ ਲੈ ਕੇ ਅੱਜ ਸਵੇਰ ਤੋਂ ਸਸਪੈਂਸ ਬਣਿਆ ਹੋਇਆ ਸੀਗਾ ਕਿ ਸ਼ਾਇਦ ਮਹਿੰਦਰ ਸਿੰਘ ਕੇਪੀ ਹੋਣਾ ਨੂੰ ਕਾਂਗਰਸ ਪਾਰਟੀ ਟਿਕਟ ਦੇ ਸਕਦੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਆਦਮਪੁਰ ਸੀਟ ਤੋਂ ਉੱਪਰੋਂ ਸੁਖਵਿੰਦਰ ਕੋਟਲੀ ਹੋਣਾ ਨੂੰ ਉਮੀਦਵਾਰ ਐਲਾਨਿਆ ਗਿਆ ਸੀਗਾ ਪਰ ਅੱਜ ਸਵੇਰ ਦੀਆਂ ਖਬਰਾਂ ਚੱਲਦੀਆਂ ਪਈਆਂ ਸੀਗੀਆਂ ਕਿ ਸ਼ਾਇਦ ਮਹਿੰਦਰ ਸਿੰਘ ਕੇਪੀ ਹੋਣਾ ਨੂੰ ਟਿਕਟ ਦੇ ਦਿੱਤੀ ਜਾਵੇਗੀ ਸਵੇਰ ਦਾ ਸਸਪੈਂਸ ਬਣਿਆ ਹੋਇਆ ਸੀਗਾ ਮਹਿੰਦਰ ਸਿੰਘ ਕੇਪੀ ਅਤੇ ਸੁਖਵਿੰਦਰ ਕੋਟਲੀ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਕਾਰਪੋਰੇਸ਼ਨ ਜਲੰਧਰ ਦੇ ਵਿੱਚ ਪਹੁੰਚ ਚੁੱਕੇ ਸੀਗੇ ਦੋਨੋਂ ਜਣੇ ਇੱਥੇ ਮੌਜੂਦ ਸੀਗੇ ਕਿਸੇ ਨੂੰ ਨਹੀਂ ਸੀਗਾ ਪਤਾ ਕਿ ਕਿਸ ਦੇ ਉੱਪਰ ਕਾਂਗਰਸ ਪਾਰਟੀ ਦਾਅ ਖੇਡਣ ਜਾ ਰਹੀ ਹੈ ਸੁਖਵਿੰਦਰ ਕੋਟਲੀ ਹੁਣੇ ਵੀ ਕਨਫਿਊਜ਼ ਨਜ਼ਰ ਆ ਰਹੇ ਸੀਗੇ ਤੇ ਮਹਿੰਦਰ ਕੇਪੀ ਵੀ ਕਨਫਿਊਜ਼ ਨਜ਼ਰ ਆ ਰਹੇ ਸੀਗੇ ਸਭ ਤੋਂ ਪਹਿਲਾਂ ਮਹਿੰਦਰ ਸਿੰਘ ਕੇਪੀ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਕਾਰਪੋਰੇਸ਼ਨ ਪਹੁੰਚੇ ਉਸ ਤੋਂ ਬਾਅਦ ਸੁਖਵਿੰਦਰ ਕੋਟਲੀ ਪਹੁੰਚੇ ਪਰ ਆਖਰੀ ਸਮੇਂ ਦੇ ਉੱਪਰ 2:55 ਤੇ ਸੁਖਵਿੰਦਰ ਕੋਟਲੀ ਹੁਣਾਂ ਨੂੰ ਹਾਈ ਕਮਾਂਡ ਨੇ ਮੋਹਰ ਲਗਾ ਦਿੱਤੀ ਕਿ ਸੁਖਵਿੰਦਰ ਕੋਟਲੀ ਹੀ ਆਦਮਪੁਰ ਤੋਂ ਟਿਕਟ ਲੜਨਗੇ ਟਿਕਟ ਦੇ ਦਿੱਤੀ ਉਹਨਾਂ ਨੂੰ ਕਿ ਉੱਥੋਂ ਆਦਮਪੁਰ ਤੋਂ ਚੋਣ ਲੜਨਗੇ ਤਾਂ ਆਖਰੀ ਸਮੇਂ ਦੇ ਉੱਪਰ ਆ ਕੇ ਇੱਕ ਵੱਡਾ ਸਿਆਸੀ ਬਦਲਾਅ ਜਿਹੜਾ ਉਹ ਕੀਤਾ ਗਿਆ ਮਹਿੰਦਰ ਕੇਪੀ ਜਿਹੜੇ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਉੱਪਰ ਪਹੁੰਚੇ ਹੋਏ ਸੀਗੇ ਉਹਨਾਂ ਨੂੰ ਬੇਰੰਗ ਇੱਥੋਂ ਵਾਪਸ ਮੁੜਨਾ ਪਿਆ ਸਵੇਰ ਦੀਆਂ ਚਰਚਾਵਾਂ ਸੀਗੀਆਂ ਕਿ ਸ਼ਾਇਦ ਮਹਿੰਦਰ ਸਿੰਘ ਕੇਪੀ ਹੁਣਾਂ ਨੂੰ ਟਿਕਟ ਦੇ ਦਿੱਤੀ ਜਾਵੇਗੀ ਸੁਖਵਿੰਦਰ ਕੋਟਲੀ ਹੁਣਾਂ ਦੀ ਟਿਕਟ ਕੱਢ ਦਿੱਤੀ ਜਾਏਗੀ ਪਰ ਆਖਰੀ ਮੌਕੇ ਦੇ ਉੱਪਰ ਆ ਕੇ ਪਾਰਟੀ ਨੇ ਸੁਖਵਿੰਦਰ ਕੋਟਲੀ ਹੁਣਾਂ ਤੇ ਦਾਅ ਖੇਡਿਆ ਤੇ ਮਹਿੰਦਰ ਕੇਪੀ ਹੁਣਾਂ ਨੂੰ ਬੇਰੰਗ ਬਿਨਾਂ ਨੋਮੀਨੇਸ਼ਨ ਫਾਈਲ ਕੀਤੇ ਇੱਥੋਂ ਵਾਪਸ ਜਾਣਾ ਪਿਆ ਆਖਰੀ ਸਮੇਂ ਜਾਂਦੇ ਜਾਂਦੇ ਜ਼ਰੂਰ ਕਹਿ ਗਏ ਨੇ ਕਿ ਉਹ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਨਗੇ ਉਹਦੇ ਵਿੱਚ ਸਾਰੀਆਂ ਗੱਲਾਂ ਕਰਨਗੇ ਕੀ ਉਹਨਾਂ ਨੂੰ ਹਾਈ ਕਮਾਂਡ ਦੇ ਵੱਲੋਂ ਇਹ ਲਾਰਾ ਲਾਇਆ ਗਿਆ ਸੀਗਾ ਉਹਨਾਂ ਨੂੰ ਕਿਹਾ ਗਿਆ ਸੀਗਾ ਕੋਈ ਭਰੋਸਾ ਦਿੱਤਾ ਗਿਆ ਸੀਗਾ ਕਿ ਉਹਨਾਂ ਨੂੰ ਆਦਮਪੁਰ ਤੋਂ ਟਿਕਟ ਦਿੱਤੀ ਜਾਏਗੀ ਜਿਸ ਕਾਰਨ ਜਿਹੜੇ ਨੇ ਮਹਿੰਦਰ ਸਿੰਘ ਕੇਪੀ ਅੱਜ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਕਾਰਪੋਰੇਸ਼ਨ ਦੇ ਵਿੱਚ ਪਹੁੰਚ ਗਏ ਦੋਨੋਂ ਲੀਡਰ ਜਿਹੜੇ ਸੀਗੇ ਉਹ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਪਹੁੰਚੇ ਪਰ ਆਖਰੀ ਸਮੇਂ ਦੇ ਉੱਪਰ ਹਾਈ ਕਮਾਂਡ ਦੇ ਵੱਲੋਂ ਸੁਖਵਿੰਦਰ ਕੋਟਲੀ ਹੁਣਾਂ ਦੇ ਨਾਂ ਦੇ ਉੱਪਰ ਮੋਹਰ ਲਗਾ ਦਿੱਤੀ ਗਈ ਸੁਖਵਿੰਦਰ ਕੋਟਲੀ ਨੋਮੀਨੇਸ਼ਨ ਫਾਈਲ ਕਰ ਰਹੇ ਨੇ ਤੇ ਮਹਿੰਦਰ ਸਿੰਘ ਕੇਪੀ ਬਿਨਾਂ ਨੋਮੀਨੇਸ਼ਨ ਫਾਈਲ ਕੀਤੇ ਇਥੋਂ ਬੇਰੰਗ ਵਾਪਸ ਚਲੇ ਗਏ ਨੇ ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਟੀਵੀ ਪੰਜਾਬ ਜਲੰਧਰ ਜੀ ਮੈਂ ਨਿਰਮਲ ਮਾਨ ਕੂੜਾ ਟੈਕ ਸੈਟਲਮੈਂਟ ਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ ਸਤਿ ਸ਼੍ਰੀ ਅਕਾਲ